ਖਬਰ ਹੈਗੀ ਆ ਜੀ ਸ਼ਰਾਬ ਚੋਰੀ ਦੀ ਤੇ ਸ਼ਰਾਬ ਚੋਰੀ ਕੀਤੀ ਹੈਗੀ ਆ ਪੰਜਾਬੀਆਂ ਨੇ ਤੇ ਉਦੋਂ ਵੀ ਅਗਲੀ ਗੱਲ ਇਹ ਹੈ ਵੀ ਜਿਹੜੀ ਸ਼ਰਾਬ ਚੋਰੀ ਕਰਨ ਵਾਲੇ ਗੱਭਰੂ ਆ ਤੇ ਨਾਲ ਹੀ ਉਹਨਾਂ ਦੇ 2-4 ਬਜ਼ੁਰਗ ਹੈਗੇ ਆ ਤੇ दारू ਵਾਲੀ ਪਹਿਲੀ ਵਾਰੀ ਖਬਰ ਸੁਣ ਰਹੇ ਆ ਜੀ ਤੇ ਕਿਹੜੇ ਸਟੋਰ ਦੇ ਵਿੱਚੋਂ ਚੋਰੀ ਕਰ ਲਈ ਤੇ ਇੰਨੀ ਕਿੰਨੀ ਕੁ ਉਹਨਾਂ ਦੇ ਵਿੱਚ ਨਵਜੁੱਠੀ ਵੀ दारू ਚੋਰੀ ਕਰਨ ਲੱਗੇ ਹਾਂਜੀ ਬਰਾਤ ਸਾਹਿਬ ਮਾਮਲਾ ਕੈਨੇਡਾ ਤੋਂ ਆ 50 ਹਜ਼ਾਰ ਕੈਨੇਡੀਅਨ ਡਾਲਰ ਦੀ ਸ਼ਰਾਬ ਚੋਰੀ ਦਾ ਮਾਮਲਾ ਸਾਹਮਣੇ ਆਇਆ ਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਇਹ ਚੋਰ ਜਿਹੜੇ ਉਥੋਂ ਦੀ ਪੁਲਿਸ ਨੇ ਅਰੈਸਟ ਕੀਤੇ ਹੈ ਇਹ ਸਾਰੇ ਪੰਜਾਬ ਦੇ ਨਾਲ ਸਬੰਧਤ ਦੱਸੇ ਜਾ ਰਹੇ ਹੈ ਇਹ ਚੋਰੀ ਦੀ ਸ਼ਰਾਬ ਪੁਲਿਸ ਨੇ ਬਰਾਮਦ ਕਰ ਲਈ ਹੈ ਤੇ ਨਾਲ ਦੀ ਨਾਲ ਇਹਨਾਂ ਚੋਰਾਂ ਨੂੰ ਫੜ ਵੀ ਲਿਆ ਹੈ ਮਿਸਿਸਾਗਾ ਦੇ ਇੱਕ ਪਾਰਕਿੰਗ ਲੋਟ ਦੇ ਵਿੱਚ ਇਹ ਜਿਹੜੇ ਬੰਦੇ ਸੀ ਸਸਪੈਕਟ ਸੀਗੇ ਇਹ दारू ਚੋਰੀ ਕਰ ਕਰਕੇ ਇੱਕ ਸ਼ਿਪਿੰਗ ਕੰਟੇਨਰ ਦੇ ਵਿੱਚ ਲੋਡ ਕਰ ਰਹੇ ਸੀਗੇ ਜਦੋਂ ਇਹਨਾਂ ਨੂੰ ਆਨ ਦਾ ਸਪੋਰਟ ਪੁਲਿਸ ਨੇ ਆਂਦ ਪਹੁੰਚਿਆ ਦਰਅਸਲ ਘਟਨਾ ਵੀਰਵਾਰ ਦੀ ਹੈ ਪਿਛਲਾ ਜਿਹੜਾ ਵੀਰਵਾਰ ਬੀਤਿਆ ਹੈ ਰਾਤ ਨੂੰ ਤਕਰੀਬਨ 8:30-9 ਵਜੇ ਦੇ ਦਰਮਿਆਨ ਪੁਲਿਸ ਪੈਟਰੋਲਿੰਗ ਕਰ ਰਹੀ ਸੀ ਉਹਨਾਂ ਨੇ ਦੇਖਿਆ ਕਿ ਕੁਝ ਸ਼ੱਕੀ ਬੰਦੇ ਐਲਸੀਬੀਓ ਦੇ ਵਿੱਚ ਇੰਟਰ ਹੋਇਆ ਉਹ ਵੀ ਰੀਅਰ ਡੋਰ ਤੋਂ ਐਲਸੀਬੀਓ ਕੀ ਹੁੰਦਾ ਹੈ ਲੀਕਰ ਕੰਟਰੋਲ ਬੋਰਡ ਆਫ অন্ਟਾਰੀਓ ਦਾ ਇੱਕ ਤੁਸੀਂ ਠੇਕਾ ਕਹਿ ਲਓ ਜਿੱਥੇ ਬਹੁਤ ਸਾਰੀ दारू ਪਈ ਹੁੰਦੀ ਹੈ ਸੋ ਇਹ ਐਲਸੀਬੀਓ ਜਿਹੜਾ ਹੈ ਇਹ ਰਿਚਮੈਂਟ ਹਿੱਲ ਏਰੀਆ ਦੀ ਯੰਗੇਸਟ ਸਟਰੀਟ ਦੇ ਵਿੱਚ ਬਣਿਆ ਹੋਇਆ ਸੋ ਪੁਲਿਸ ਨੇ ਇਹ ਦੱਸਿਆ ਕਿ ਇੱਕ ਬੰਦਾ ਅਲਕੋਹਲ ਦੇ ਜਿਹੜੇ ਕੇਸ ਸੀ ਉਹਦੇ ਸਟੈਕ ਲਾ ਰਿਆ ਸੀ ਅੰਦਰ ਤੇ ਬਾਹਰ ਉਹਨੇ ਲਿਆਉਣੇ ਸੀਗੇ ਤੇ ਬਾਕੀ ਤਿੰਨ ਲਗਾਤਾਰ ਚਾਰ ਚਪੇਰੇ ਨਜ਼ਰ ਰੱਖ ਰਹੇ ਸੀਗੇ ਕਿ ਕੋਈ ਆਇਆ ਤਾਂ ਨਹੀਂ ਕੋਈ ਦੇਖਦਾ ਨਹੀਂ ਰਿਹਾ ਫਿਰ ਸਾਰਿਆਂ ਨੇ ਇੱਕ ਇੱਕ ਕਰਕੇ ਉਹ ਜਿਹੜੇ ਸਟੈਕ ਇਕੱਠੇ ਕਰਕੇ ਬਾਹਰ ਉਹ ਜਿਹੜਾ ਵਹੀਕਲ ਸੀਗਾ ਉਹਦੇ ਵਿੱਚ ਲੋਡ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਇਹਨਾਂ ਨੇ ਲੋਡਿੰਗ ਦਾ ਕੰਮ ਨੇੜੇ ਤੇੜੇ ਕਰ ਲਿਆ ਫਿਰ ਪੁਲਿਸ ਨੇ ਆਨ ਦੀ ਸਪੋਰਟ ਇਹਨਾਂ ਚੋਰਾਂ ਨੂੰ ਅਰੈਸਟ ਕਰ ਲਿਆ ਤੇ ਜਿਹੜੀ दारू ਬਰਾਮਦ ਕੀਤੀ ਕੁਝ ਚੀਜ਼ਾਂ दारू ਤੋਂ ਇਲਾਵਾ ਵੀ ਪੁਲਿਸ ਨੂੰ ਇਹਨਾਂ ਕੋਲੋਂ ਬਰਾਮਦ ਹੋਈਆਂ ਜਿਨ੍ਹਾਂ ਦੇ ਵਿੱਚ 20000 ਕੈਨੇਡੀਅਨ ਡਾਲਰ ਇਹਨਾਂ ਦੇ ਕੋਲੇ ਕੈਸ਼ ਸੀ ਵੱਡੀ ਮਾਤਰਾ ਦੇ ਵਿੱਚ ਇੱਕ ਬੰਦੇ ਕੋਲੋਂ ਮੈਥ ਤੇ ਹੈਰੋਇਨ ਵਰਗੀਆਂ ਖਤਰਨਾਕ ਡਰੱਗਸ ਵੀ ਮਿਲੀਆਂ ਤੇ ਇਹ ਜਿਹੜੇ ਚਾਰੇ ਸਸਪੈਕਟਸ ਆ ਇਹ ਬ੍ਰੈਮਟਨ ਦੇ ਨਾਲ ਰਿਲੇਟਡ ਆ ਜਿਨ੍ਹਾਂ ਦੇ ਵਿੱਚ ਇੱਕ 26 ਸਾਲਾ ਸ਼ਮਸ਼ੀਰ ਸਿੰਘ ਹੈ ਤੇ ਇੱਕ 55 ਸਾਲਾ ਜਸਵਿੰਦਰ ਸਿੰਘ 50 ਪਲੱਸ ਦੀ ਉਮਰ ਵਾਲਾ ਲੱਪਰੀ ਸਿੰਘ ਦੱਸਿਆ ਜਾ ਰਿਹਾ ਤੇ ਇੱਕ ਸ਼ਹਿਨਾਜ ਸਿੰਘ ਬਰਾੜ ਜੀ ਦੀ ਉਮਰ 25 ਸਾਲ ਆ ਤੇ ਇਹਦੇ ਤੇ ਹੀ ਡਰੱਗ ਦਾ ਕੇਸ ਪਾਇਆ ਗਿਆ ਕਿ ਮੈਥ ਤੇ ਡਰੱਗ ਸ਼ਹਿਨਾਜ ਬਰਾੜ ਦੇ ਕੋਲੋਂ ਮਿਲੀ ਹੈ ਦੇਖੋ ਉਮਰਾਂ ਤਾਂ ਬੜੀਆਂ ਹੌਲੀਆਂ ਹੀ ਲੱਗਦੀਆਂ ਤੇ ਨਾਲ ਕੁਝ ਵੱਡੇ ਵੀ ਲੱਗਦੇ ਆ ਤੇ दारू दुरू ਤਾਂ ਇੱਥੇ ਵੈਸੇ ਹੀ ਬੜੀ ਸਸਤੀ ਹੈ ਵੀ ਇਹ ਇਹ दारू ਕਿਤੇ ਸਮਾ ਤੁਹਾਨੂੰ ਕੀ ਲੱਗਦਾ ਵੀ ਆਪ ਹੀ ਪੀਣੀ ਪੂਣੀ ਹੋ ਸਕਦੀ ਹੈ ਜਾਂ ਫਿਰ ਗਾਂ ਕਿਤੇ ਵਿਚਨੀ ਬੁਚਨੀ ਹੋ ਸਕਦੀ ਹੈ ਕਿਉਂਕਿ दारू ਤਾਂ ਕੋਈ ਵੇਚਣ ਵਾਲਾ ਤਾਂ ਮੈਨੂੰ ਲੱਗਦਾ ਨਹੀਂ ਵੀ ਇੰਨਾ ਕੋਈ ਸਮਾਨ ਚੱਕ ਕੇ ਗਾਂ ਵੇਚ ਦੂਗਾ ਤੇ ਪੀਣ ਪੂਣ ਦਾ ਮਸਲਾ ਹੀ ਲੱਗਦਾ ਮੈਨੂੰ ਤਾਂ ਨੇਬਰਾਟ ਸਭ ਜੇ 50000 ਡਾਲਰ ਦੀ ਗੱਲ ਕਰੀਏ ਤਾਂ ਫੇਰੇ ਪੀਨ ਦਾ ਮਸਲਾ ਨਹੀਂ ਲੱਗਦਾ ਫੇਰੇ ਮਸਲਾ ਕੁਝ ਹੋਰ ਲੱਗਦਾ ਇਹ ਵੀ ਪੋਸੀਬਲ ਆ ਕਿ ਇਹ ਕੰਮ ਇਹੋ ਜਿਹਾਂ ਨੂੰ ਪਹਿਲਾਂ ਵੀ ਅੰਜਾਮ ਦਿੰਦੇ ਹੁਣ ਤੇ ਇਸ ਵਾਰ ਹੀ ਫੜੇ ਗਏ ਆ ਪਹਿਲਾਂ ਚੁੱਪਚੀ ਪੀਤੇ ਨਿਕਲ ਜਾਂਦੇ ਹੁਣ ਕਿਉਂਕਿ ਅਜੇ ਤਾਂ 50000 ਡਾਲਰ ਦੀ ਇਨਾ ਫੜੀ ਐ ਇਹ ਵੀ ਪੋਸੀਬਲ ਆ ਕਿ ਜੇ ਇਹਨਾਂ ਨੂੰ ਪੁਲਿਸ ਅਜੇ ਵੀ ਆਉਣ ਦਾ ਸਪੌਟ ਜਾ ਕੇ ਨਾ ਫੜਦੀ ਤਾਂ ਸ਼ਾਇਦ ਇਹਨਾਂ ਨੇ ਹੋਰ ਵੱਡੇ ਪੱਧਰ ਤੇ ਲੋਡਿੰਗ ਕਰਨੀ ਹੁੰਦੀ ਸੋ ਜੇ ਤਾਂ ਪੀਣੀ ਹੁੰਦੀ ਆ ਚਾਰ ਬੰਦਿਆਂ ਨੂੰ ਮੈਨੂੰ ਲੱਗਦਾ ਇੱਕ ਜਾਂ ਦੋ ਬੋਤਲਾਂ ਹੀ ਮੁੱਕਣੀਆਂ ਸੀਗੀਆਂ ਇੰਨੀ ਦਾਰੂ ਦਾ ਨਾਲ ਕੀ ਕਰਨਾ ਗੱਲ ਇਹ ਵੀ ਹੈ ਨਾ ਵੀ ਇੰਨੀ ਦਾਰੂ ਫਿਰ ਵੇਚਦੇ ਕਿਵੇਂ ਹੋਣੇ ਆ ਇਹ ਫਿਰ ਇੱਕ ਜਣਾ ਦਫੜਿਆ ਨਹੀਂ ਜਾਣਾ ਇਹ ਤਾਂ ਗਾਂ ਦੀਆਂ ਬਹੁਤ ਵੱਡਾ ਗਰੋਹ ਹੋ ਸਕਦਾ ਕਿਉਂਕਿ ਦਾਰੂ ਤਾਂ ਇੱਥੇ ਆਮ ਹੀ ਮਿਲ ਜਾਂਦੀ ਆ ਪਰ ਅਗਲਾ ਵੇਚੂਗਾ ਕਿੱਥੇ ਫਿਰ ਜੇ ਇੰਨੀ ਚੋਰੀ ਵੀ ਕਰ ਲਈ ਜਿਆਦਾ ਕੋਈ ਵੱਡਾ ਕੰਪਨੀ ਕੰਪਨੀ ਰਲੀ ਹੋ ਸਕਦੀ ਹੈ ਇਹਨਾਂ ਨਾਲ ਬਿਲਕੁਲ ਬ੍ਰਾਦਰ ਸਾਹਿਬ ਬੜਾ ਤੁਹਾਡਾ ਵੈਲਿਡ ਪੁਆਇੰਟ ਆ ਇਹ ਤਾਂ ਹੈ ਨਹੀਂ ਕਿ ਕਿਸੇ ਅੱਧੇ ਪਚਦੇ ਰੇਟ ਤੇ ਜਾ ਕੇ ਘਰ ਘਰ ਜਾ ਕੇ ਸਪਲਾਈ ਕਰ ਦੇਣਗੇ ਇਹ ਵੀ ਪੋਸੀਬਲ ਨਹੀਂ ਕਿ ਕਿਸੇ ਵੈਬਸਾਈਟ ਤੇ ਲਿਸਟ ਕਰ ਦੇਣਗੇ ਆ ਕਿਤੇ ਨਾ ਕਿਤੇ ਕੁਝ ਨਾ ਕੁਝ ਫਿਸ਼ੀ ਇਸ ਮਾਮਲੇ ਦੇ ਵਿੱਚੋਂ ਹੋਰ ਵੀ ਨਿਕਲੂਗਾ ਇਹ ਵੀ ਪੋਸੀਬਲ ਹੈ ਕਿ ਇੱਕ ਵੱਡਾ ਗਰੋਹ ਇਹ ਨਾ ਤਾਂ ਆਪਣੇ ਹੀ ਨਿਕਲਾਗੇ ਕੋਈ ਜੀ ਹੋ ਸਕਦਾ ਕਿਉਂਕਿ ਇੰਨੀ ਵੱਡੀ दारू ਜੇ 50000 ਡਾਲਰ ਦੀ ਆ ਤਾਂ ਇਹਨੂੰ ਵੇਚਣਾ ਬਹੁਤ ਔਖਾ ਤੇ ਖਰੀਦਣ ਉਹ ਹੀ ਸਕਦਾ ਜਿੱਥੋਂ ਵੱਡਾ ਮੋਟਾ ਜਿਹੜਾ ਕੋਈ ਬੰਦਾ ਗਾਹਾਂ ਵੇਚਦਾ ਜਾਂ ਕੁਝ ਕਰਦਾ ਜੀ WHO ਨੇ ਕਹਤਾ ਵੀ ਜਿਹੜਾ ਪਹਿਲਾਂ ਕਰੋਨਾ ਵਾਇਰਸ ਸੀਗਾ ਤੁਸੀਂ ਦੇਖ ਰਹੇ ਹੋ ਜਿਵੇਂ ਸਕਰੀਨ ਤੇ ਨੀਲਾ ਜਾ ਤੇ ਆ ਜਿਵੇਂ ਰੰਗ ਜਾ ਬਦਲ ਗਿਆ ਖਤਰਨਾਕ ਜਾ ਹੋ ਗਿਆ ਵੀ ਕਹਿੰਦੇ ਆਪਦੇ ਆਪ ਨੂੰ ਐਵੇਂ ਢਾਲ ਰਿਆ ਹਜੇ ਬਹੁਤ ਤਾਂ ਖਤਰਨਾਕ ਨਹੀਂ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਕਈ ਚੀਜ਼ਾਂ ਤੋਂ ਜਾਂ ਜਿਨ੍ਹਾਂ ਨੇ ਟੀਕੇ ਟੂਕੇ ਲਵਾਏ ਆ ਉਹਨਾਂ ਬਾਰੇ WHO ਨੇ ਕੁਝ ਕਿਹਾ ਹੈਗਾ ਤੇ ਕੀ ਕਿਹਾ ਆਪਾਂ ਦਰਸ਼ਕਾਂ ਨੂੰ ਦੱਸ ਗਏ ਤਾਂ ਕਿ ਪਹਿਲਾਂ ਹੀ ਇਹ ਚੀਜ਼ਾਂ ਤੋਂ ਹੋ ਜਾਣ ਜਾਂ ਨੂੰ ਹੋ ਜਾਣ ਹਾਂਜੀ ਬ੍ਰਾਡਰ ਸਾਹਿਬ WHO ਨੇ ਕੋਵਿਡ-19 ਦੇ ਇੱਕ ਨਵੇਂ ਵੇਰੀਐਂਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਵੈਸੇ ਤਾਂ ਪਿਛਲੇ ਕਈ ਹਫ਼ਤਿਆਂ ਤੋਂ ਇਹਦੇ ਬਾਬਤ ਲਗਾਤਾਰ ਖਬਰਾਂ ਆ ਰਹੀਆਂ ਹਨ। ਲਗਾਤਾਰ ਇਹ ਵੀ ਪਤਾ ਲੱਗ ਰਿਹਾ ਹੈ ਕਿ ਇਹ ਇਹਦੇ ਜਿਹੜੇ ਮਾਮਲੇ ਵਧ ਰਹੇ ਆ ਪਰ WHO ਨੇ ਹੁਣ ਕਈ ਚੀਜ਼ਾਂ ਸਾਹਮਣੇ ਰੱਖੀਆਂ ਨੇ। ਉਹਨਾਂ ਕਿਹਾ ਕਿ ਅਵੇਲੇਬਲ ਐਵੀਡੈਂਸ ਆ ਉਹਨਾਂ ਦੇ ਆਧਾਰ ਤੇ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਇਸ ਵੇਰੀਐਂਟ ਤੋਂ ਬਹੁਤਾ ਜ਼ਿਆਦਾ ਜਿਹੜਾ ਰਿਸਕ ਉਹ ਨਹੀਂ ਹੈ। ਤੇ ਇਸ ਵੇਰੀਐਂਟ ਦਾ ਨਾਮ JN.1 ਇਹਨਾਂ ਨੇ ਰੱਖਿਆ ਹੈ। ਇਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹ ਵੇਰੀਐਂਟ ਆਫ ਇੰਟਰਸਟ ਆ ਪਰ ਇਹਦੇ ਨਾਲ ਪਬਲਿਕ ਹੈਲਥ ਨੂੰ ਕੋਈ ਥ੍ਰੈਟ ਨਹੀਂ ਹੈਗਾ ਇਹ ਵੇਰੀਐਂਟ ਉਹਨਾਂ ਨੇ ਇਹ ਵੀ ਦੱਸਿਆ ਕਿ ਏਸ਼ੀਅਨ ਕੰਟਰੀਜ਼ ਦੇ ਵਿੱਚ ਡਿਟੈਕਟ ਕੀਤਾ ਗਿਆ ਈਵਨ ਇੰਡੀਆ ਦੇ ਵਿੱਚ ਜਿਹੜੀ ਸਟੇਟ ਕੇਰਲਾ ਆ ਉੱਥੇ ਵੀ ਇਹਦੇ ਕੁਝ ਕੇਸ ਦੇਖਣ ਨੂੰ ਮਿਲੇ ਆ ਸੋ ਸਟੇਟ ਗਵਰਨਮੈਂਟਸ ਹੈਲਥ ਅਰੇਂਜਮੈਂਟ ਦੇ ਵਿੱਚ ਜੁੜੀਆਂ ਹੋਈਆਂ ਨੇ ਖਾਸ ਕਰਕੇ ਅੱਗੇ ਜਿਵੇਂ ਗੈਦਰਿੰਗਸ ਹੋਣੀਆਂ ਨੇ ਚਾਹੇ ਕ੍ਰਿਸਮਸ ਦੀਆਂ ਚਾਹੇ ਨਿਊ ਇਅਰ ਜਾਂ ਫਿਰ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਇੱਕ ਫੈਸਟਿਵ ਸੀਜ਼ਨ ਆਊਗਾ ਸੋ ਇਹਦੇ ਤਹਿਤ ਇਹਨਾਂ ਨੇ ਕਿਹਾ ਕਿ ਭਾਈਆਪੋ ਆਪਣੇ ਬੰਦੋਬਸਤ ਤੁਸੀਂ ਚੰਗੇ ਕਰਕੇ ਰੱਖੋ ਨਾਲ ਦੀ ਨਾਲ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਆ ਉਹਨਾਂ ਨੂੰ ਕਿਹਾ ਕਿ ਜਿੱਥੇ-ਜਿੱਥੇ ਜਿਹੜੀਆਂ-ਜਿਹੜੀਆਂ ਸਕਰੀਨਿੰਗਸ ਆ ਜਾਂ ਜਿਹੜੀਆਂ-ਜਿਹੜੀਆਂ ਪ੍ਰਕਾਸ਼ਨਸ ਆ ਵਰਤਣ ਲਈ ਕਿਹਾ ਗਿਆ ਲਾਜ਼ਮੀ ਕੀਤਾ ਉਹ ਤੁਸੀਂ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖੋ ਇਹ ਵੀ ਉਹਨਾਂ ਨੇ ਕਿਹਾ ਕਿ ਜਦੋਂ ਵੀ ਕਿਸੇ ਨੂੰ ਰੈਸਪੀਰੇਟਰੀ ਹਾਈਜੀਨ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਉਦੋਂ ਉਹਦਾ ਨਾਲ ਦੀ ਨਾਲ ਖਿਆਲ ਕਰੋ ਨਾਲ ਦੀ ਨਾਲ ਤੁਸੀਂ ਜਾ ਕੇ ਆਪਣਾ ਇੱਕ ਰੈਗੂਲਰ ਜਿਹੜਾ ਚੈੱਕਅਪ ਕਰਵਾਓ ਤਾਂ ਕਿ ਪਤਾ ਲੱਗ ਸਕੇ ਕਿਸੇ ਨੂੰ ਕੋਈ ਜੀਐਨ1 ਵਾਲਾ ਜਿਹੜਾ ਵਾਇਰਸ ਹੈ ਨਵਾਂ ਕਰੋਨਾ ਦਾ ਉਹਨੇ ਆਪਣੀ ਗ੍ਰੈਫਟ ਦੇ ਵਿੱਚ ਤਾਂ ਨਹੀਂ ਲੈ ਲਿਆ ਜੀ ਬਿਲਕੁਲ